ਅੱਛਾ, ਤੁਸੀਂ ਬੇਗਮ ਹਰ ਟਾਈਮ ਮੇਰੀ ਬਿਸਤਰੀ ਕਰਦੇ ਹੁੰਦੇ ਹੋ, ਉਹਦਾ ਨਾਮ ਭਲਾ ਕੀ ਸੀ? ਜ਼ੈਨ। ਆਹੋ ਆਹੋ, ਉਹੀ 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 ਅੱਛਾ ਮੇਰੀ ਗੱਲ ਸੁਣੋ, ਤੁਹਾਨੂੰ ਇੱਕ ਗੱਲ ਪੁੱਛਣੀ ਸੀ। ਜੀ ਤੁਹਾਨੂੰ ਜ਼ੈਨ ਕਿੱਦਾਂ ਲੱਗਿਆ? ਬੇਗਮ ਬਹੁਤ ਹੀ ਘਟੀਆ, ਬਹੁਤ ਹੀ ਬਕਵਾਸ ਲੱਗਿਆ ਮੈਨੂੰ। ਇਹਦਾ ਮਤਲਬ ਕਾਰਜਵਾਈ ਚੰਗਾ ਬਣੇਗਾ। ਉਹ ਅੱਲਾ ਬਖਸ਼ੇ, ਮੇਰੇ ਅੱਬਾ ਜੀ ਵੀ ਇਹੀ ਕਹਿੰਦੇ ਹੁੰਦੇ ਸੀ ਤੁਹਾਡੇ ਬਾਰੇ 'ਚ। ਮੈਂ ਘਟੀਆ ਵਾਂ? ਅੱਲਾ ਬਖਸ਼ੇ, ਮੇਰੇ ਅੱਬਾ ਜੀ ਵੀ ਤੁਹਾਡੇ ਬਾਰੇ 'ਚ ਇਹੀ ਕਹਿੰਦੇ ਹੁੰਦੇ ਸਨ, ਪਰ ਹੁਣ ਫਿਲਹਾਲ ਤੁਸੀਂ ਬਹੁਤ ਬਿਹਤਰ ਹੋ ਗਏ ਹੋ। ਅਤੇ ਹੁਣ ਬਸ ਗੱਲ ਮੁੱਕੀ ਇੱਥੇ, ਅਤੇ ਕੱਲ੍ਹ ਜ਼ੈਨ ਨੂੰ ਨਾ ਡਿਨਰ 'ਤੇ ਬੁਲਾ ਲੈਣਾ, ਉਹਨੂੰ ਹੀ ਇਸ ਘਰ ਦਾ ਕਾਰਜਵਾਈ ਬਣੇਗਾ। ਬੇਗਮ ਬਸ ਕਰਾਂ, ਬੜਾ ਥੱਕ ਗਿਆ ਵਾਂ। ਤੋ ਬਹੁਤ ਹਾਰਡ ਡਰਾਮ ਨਹੀਂ ਹੋ ਗਿਆ? ਲੱਤਾਂ ਤੋਂ ਬਾਅਦ ਨਹੀਂ ਤਾਂ ਮੈਂ ਡੰਡਾ ਕੱਢਾਂ ਤੈਨੂੰ। ਜੀ ਜੀ ਜੀ, ਤੂੰ ਪਿਛਲੀ ਵਾਰੀ ਵੀ ਇੰਜ ਹੀ ਕਰਦਾ ਪਿਆ ਸੀ। ਹੁਣ ਮੰਗਣੀਆਂ ਕੌਣ ਕਰਦਾ? ਹੁਣ ਡਾਇਰੈਕਟ ਸ਼ਾਦੀ ਕਰਨੇ ਆ, ਕਿਉਂ ਜ਼ੈਨ? ਵੈਸੇ ਵੀ ਮੇਰੀ ਸ਼ਮਾ ਤੁਹਾਨੂੰ ਸਾਰੀ ਤਿਆਰੀ ਕਰਵਾ ਦੇਗੀ ਬੇਟਾ, ਤੂੰ ਫਿਕਰ ਨਾ ਕਰ। ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਮਤਲਬ ਦੀ ਗੱਲ ਕਰਿਆ ਕਰੋ, ਮੂੰਹ ਚੁੱਕ ਕੇ ਹਰ ਗੱਲ ਦੇ ਨਾਲ ਕਰੀ ਜਾਂਦੇ ਹੋ। ਇੰਨੀ ਜਲਦੀ ਤਿਆਰੀ ਕਿਸ ਤਰ੍ਹਾਂ, ਮਤਲਬ ਸਮਝ ਨਹੀਂ ਆਉਂਦਾ। ਕੱਲ੍ਹ ਤੂੰ ਪਰੇਸ਼ਾਨ ਹੁੰਦਾ ਵੇ, ਸਾਰੀ ਤਿਆਰੀ ਤਾਂ ਮੇਰੀ ਧੀ ਸ਼ਮਾ ਨੇ ਕਰਨੀ ਹੈ, ਕਿਉਂ ਤੁਸੀਂ ਦੱਸ ਦੇ ਨਹੀਂ? ਤੂੰ ਫਿਕਰ ਨਾ ਕਰ, ਮੈਂ ਤੁਹਾਨੂੰ ਸਾਰੇ ਨੁਕਸਾ ਸਮਝਾ ਦਾਂਗਾ, ਟੈਨਸ਼ਨ ਨਹੀਂ ਲੈਣੀ। ਚੱਲ ਦਫਾ ਮਰਨ ਜੋਗਾ, ਗੋਲੀ ਵੱਜਣਾ ਹੋ ਜਾਵੇਗੀ ਜਬ ਬੈਠੇਗੀ ਦੋ ਮਸਤਾਨੇ। ਅੱਛਾ ਹੁਣ ਇਜਾਜ਼ਤ ਹੈ? ਗੱਲ ਸੁਣ, ਤੈਨੂੰ ਕਿੰਨੀ ਵਾਰੀ ਕਿਹਾ ਵਿੱਚ ਨਾ ਬੋਲਿਆ ਕਰ, ਤੂੰ ਹਰ ਵਾਰੀ ਵਿੱਚ ਬੋਲਦਾ, ਹਰ ਵਾਰੀ ਬੋਲਦਾ, ਬੋਲੇਗਾ ਉਸ ਤੋਂ ਬਾਅਦ ਬੋਲੇਗਾ ਬੋਲੇਗਾ ਹੁਣ। ਹੁਣ ਤੇ ਸਾਡਾ ਵਿਆਹ ਹੋਣ ਲੱਗਾ, ਪਿੱਛੇ ਹੋ ਕੇ ਖੜਾ ਹੋ ਤੇ ਇੱਕ ਛਾਂ ਆਉਂਦੀ ਹੈ। ਕੀ ਮਤਲਬ? ਬੁਰਸ਼ ਕਰਕੇ ਆਈ, ਕੱਲ੍ਹ ਸਾਡਾ ਨਿਕਾਹ ਹੈ। ਕੀ ਹੋ ਗਿਆ ਜਾਨ? ਪਹਿਲੇ ਤੂੰ ਕੱਲ੍ਹ ਦੀ ਮੇਰੇ ਨਾਲ ਇੰਨੀ ਗੱਲ ਪੈ ਕਰਨੀ ਹੈ? ਦਰਅਸਲ ਗੱਲ ਹੈ ਵੇ, ਮੈਂ ਤੇਰੇ ਨਾਲ ਵਿਆਹ ਕਰ ਰਹੀ ਹਾਂ, ਤੂੰ ਮੇਰੇ ਨਾਲ ਵਿਆਹ ਨਹੀਂ ਕਰ ਰਿਹਾ, ਤੇ ਤੂੰ ਸਾਡੇ ਘਰ ਆ ਕੇ ਰਹਿਣਾ। ਹੋ ਕਿਆ ਗਿਆ ਮਤਲਬ? ਮਤਲਬ ਮਤਲਬ ਕੁਛ ਨਹੀਂ, ਚੱਲ ਨਿਕਲ ਦੋ, ਚੱਲ ਚੱਲ। ਪੁੱਤਰ ਇੱਕ ਵਾਰੀ ਵਿਆਹ ਹੁੰਦੇ ਫਿਰ ਦੱਸਾਂਗਾ ਤੈਨੂੰ। ਉਹ ਮੇਰਾ ਸੁਣਾ ਮੁੰਡਾ, ਸੁਣਾ ਮੁੰਡਾ, ਜਵਾਈ ਭਾਈ ਡਿੱਗੀ ਕੀ ਗਏ ਹੋ? ਅੱਗੇ ਦੇਖੋ ਅੱਗੇ ਹੁੰਦਾ ਕੀ ਏ। ਹਾਏ ਅੱਲਾ ਜੀ, ਤੁਸੀਂ ਕੀ ਮੁੰਡੇ ਨਾਲ ਚਮੜ ਜਾਂਦੇ ਹੋ ਹਰ ਟਾਈਮ? ਚੱਲ ਪੁੱਤਰ ਉੱਠ ਜਾ ਕੇ ਉਸ ਸ਼ਬੋ ਤੇਰੇ ਇੰਤਜ਼ਾਰ ਪਿਆ ਕਰਦੀ ਹੈ ਕਮਰੇ 'ਚ, ਜਾ 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 ਜਾ। ਤੇ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਵੇ, ਹਰ ਇੱਕ ਦਿਨ ਲੱਤਾਂ ਨਾਲ ਲਾਇਆ ਕਰੋ, ਨਾ ਲਾਇਆ ਕਰੋ, ਤੇ ਤੁਸੀਂ ਸੁਣਦੇ ਹੀ ਨਹੀਂ। ਹਜੇ ਨਵਾਂ ਨਵਾਂ ਵਿਆਹ ਆਇਆ ਤਾਂ ਤੁਸੀਂ ਉਹਨੂੰ ਪਹਿਲੀ ਸੁਣਾਉਣ ਲੱਗ ਪਏ ਆਪਣੀਆਂ ਹਰਕਤਾਂ। ਸ਼ਮੋ ਮੇਰੀ ਸ਼ਮੋ। ਓ ਹੈਲੋ ਮਿਸਟਰ ਗਰਜਵਾਈ, ਸੁਬਹਾ ਬੜੇ ਕੰਮ ਪਏ ਦੇ ਨਹੀਂ ਆਈ ਸਮਝ, ਅਤੇ ਬਾਕੀ ਸਾਰੇ ਕੰਮ ਤੁਹਾਨੂੰ ਮੇਰੇ ਅੱਬੂ ਸਮਝਾ ਦੇਣਗੇ, ਇਸ ਲਈ ਮੈਂ ਆਪਣੀ ਫਰੈਂਡ ਨਾਲ ਗੱਲ ਪੇ ਕਰਦੀ ਹਾਂ, ਆਈ ਸਮਝ, ਅਤੇ ਮੈਨੂੰ ਤੰਗ ਨਾ ਕਰੀ, ਅਤੇ ਮੇਰੇ ਮੂੰਹ ਲੱਗਣ 'ਤੇ ਜ਼ਰੂਰਤ ਨਹੀਂ ਹੈ, ਮੂੰਹ ਉੱਧਰ ਕੱਢ ਅਤੇ ਸੋ ਜਾ, ਅਤੇ ਸੁਬਹਾ ਬਥੇਰੇ ਕੰਮ ਕਰਨੇ ਨਹੀਂ।